ਇਹ ਜਿਹੜੇ ਤੁਸੀਂ ਅੱਖਰ ਦਿਖਾਦੇ ਹੋ ਮੀ ਲੱਗਦਾ ਤੁਹਾਡੇ ਕੋਲ ਪਛਾਣੇ ਨਹੀਂ ਜਾਦੇ ਹੋਣੇ ਆ। ਕੋਈ ਗੱਲ ਨਹੀਂ, ਇਹ ਕਿਸੇ ਕੋਲ ਵੀ ਪਛਾਣੇ ਜਾਂਦੇ ਅੱਜ ਕੱਲ੍ਹ ਦੇ ਜ਼ਮਾਨੇ 'ਚ। ਬੇਸਿਕਲੀ ਇਹ ਸਾਡੀ ਡੋਗਰੀ ਦੀ ਲਿਪੀ ਹੈ ਅਤੇ ਇਸੀ ਆਖਦੇ ਟਾਕਰੀ। ਜਿਹੜੇ ਸਾਡੇ ਲੇਖਕ ਹੈ ਕਵੀ ਹੈ ਉਹਨੇ ਜਿਹੜੀ ਸਾਡੀ ਡੋਗਰੀ ਭਾਸ਼ਾ ਸੀ ਉਸੀ ਦੇਵਨਾਗਰੀ 'ਚ ਲਿਖਣਾ ਸ਼ੁਰੂ ਕਰ ਉੜਿਆ ਅਤੇ ਸਾਡੀ ਜਿਹੜੀ ਇਹ ਲਿਪੀ ਸੀ ਇਹ ਆਸਤਾ ਆਸਤਾ ਲੁਪਤ ਹੋਈ ਗਈ। ਅਤੇ ਹੁਣ ਜਿਵੇਂ ਕਿ ਸਾਡੀ ਇਹ ਓਫਿਸ਼ੀਅਲ ਲੈਂਗੁਏਜ ਜਿਹੜੀ ਹੈ ਉਹ ਡੋਗਰੀ ਹੋਈ ਦੀ ਹੈ ਅਤੇ ਕੋਸ਼ਿਸ਼ ਜ਼ਰੂਰ ਕਰਿਓ ਇਸੀ ਸਿੱਖਣੇ ਦੀ ਅਤੇ ਇਸੀ ਸਮਝਣੇ ਦੀ, ਪੜ੍ਹਨੇ ਦੀ ਅਤੇ ਲਿਖਣੇ ਦੀ। ਇਹ ਡੋਗਰੀ ਲਿਪੀ ਜਿਹੜੀ ਹੈ ਸਿੱਖੋ ਤਾਂ ਕਿ ਇਹ ਸਾਡੇ ਓਫਿਸ਼ੀਅਲ ਕੰਮ 'ਚ ਕੰਮ ਆਵੇ।